पहली बारी मैं भी आया इतने, तुम भी ऑब्वियसली पहली बारी आए हाँ, तो आप जानते हैं इस मंदिर के इतिहास बारे, तो इतों बॉर्डर भी बहुत लागे आ हिमाचल का, वह भी जाएंगे किन्नी दूर आ कोट कांगड़ा हाँ इधर हो यार कोट कांगड़ा दुर्गा माता मंदिर धर्मपुर वो सामने पहुँचते हैं पौड़ियां मंदिर दी हैं मेरे ख्याल में करना लगी है पंचायत घर इधर आ दे शनि मंदिर भाई मंदिर इधर है जी ओके जी एक तो मतलब थले भी लिखे दर्शन कर लिए हाँ जी ए मैंस ब्लॉग देख रहे मेरे सारे ही व्यूज का एक बार फिर तो बहुत बहुत स्वागत है ते अज असी आए हाँ हुशियारपुर डिस्ट्रिक्ट विच पेंदे बिल्कुल हिमाचल दे नाल लगदे एक मंदिर बहुत ही पवित्र मंदिर जिसका के नाम है धर्मपुर देवी माता मंदिर ते मैनू मेरे काफ़ी व्यूज ने रिक्वेस्ट की सी कि इस मंदिर विच भी जाके आओ ते मैं फस्ट टाइम इस मंदिर विच आया ते इत्थों दे कमेटी दे मैंबर यशपाल सिंह जो कि मेरे नाल इस वेले विराजे हन उन्हां को असी जाणांगे इस मंदिर दे इतिहास बारे ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 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 ਅਤੇ ਸਾਨੂੰ ਦੱਸੋ ਜੀ ਧਰਮਪੁਰ ਦੇਵੀ ਮਾਤਾ ਮੰਦਿਰ ਬਾਰੇ ਹਾਂਜੀ ਇਸ ਤਰ੍ਹਾਂ ਹੈਗਾ ਜੀ ਕਿ ਅਪਰੋਕਸੀਮੇਟਲੀ 300-400 ਸਾਲ ਪਹਿਲੇ ਦੀ ਗੱਲ ਹੈ ਹਾਂਜੀ ਇਹ ਕਾਂਗੜਾ ਮਾਤਾ ਦਾ ਅੰਸ਼ ਹੈ ਇਹ ਮੰਦਿਰ ਪਿੰਡੀ ਜਿਹੜੀ ਇੱਥੇ ਹੈਗੀ ਹੈ ਠੀਕ ਹੈ ਜੀ 300-400 ਪਹਿਲਾਂ ਤੁਸੀਂ ਜਾਣਦੇ ਸੀ ਕਿ ਆਉਣ ਜਾਣ ਦੀ ਬੜੀ ਲੋਕਾਂ ਨੂੰ ਅਸੁਵਿਧਾ ਹੁੰਦੀ ਸੀ ਕੋਈ ਰੋਡ ਨਹੀਂ ਸੀ ਹੁੰਦੇ ਸਾਡੇ ਕੋਈ ਬਜ਼ੁਰਗ ਹਾਂਜੀ ਉੱਥੇ ਜਾਂਦੇ ਸੀਗੇ ਉਹ ਗਏ ਰਸਤੇ ਵਿੱਚ ਬਾਰਿਸ਼ਾਂ ਸੀਗੀਆਂ ਹਾਂਜੀ ਤੇ ਲੋਕਾਂ ਕੋਲ ਉਸ ਵੇਲੇ ਪੈਸੇ ਪੂਸੇ ਵੀ ਨਹੀਂ ਹੁੰਦੇ ਸੀਗੇ ਉਹ ਬਾਰਿਸ਼ਾਂ ਦੇ ਨਾਲ ਉਹ ਹਿਮਾਚਲ ਦੀਆਂ ਜਿਹੜੀਆਂ ਖੱਡਾਂ ਸੀਗੀਆਂ ਨਾਲੇ ਸੀਗੇ ਉਹ ਪਾਰ ਨਾ ਕਰਦਾ ਹੋਇਆ ਉੱਥੇ ਹੀ ਰਹਿ ਗਿਆ ਔਰ ਰਸਤੇ 'ਚੋਂ ਹੀ ਮੁੜ ਕੇ ਆ ਗਿਆ ਔਰ ਉੱਥੇ ਜਿੱਥੋਂ ਮੁੜਿਆ ਉੱਥੇ ਉਹਨੇ ਇੱਕ ਉੱਥੇ ਅਰਦਾਸ ਕੀਤੀ ਮਾਂ ਨੂੰ ਵੀ ਮਾਂ ਹੁਣ ਮੇਰੇ 'ਚ ਹਿੰਮਤ ਨਹੀਂ ਹੈ ਅੱਛਾ ਜੀ ਤਾਂ ਨਾ ਇਹਦਾ ਮਤਲਬ ਅੱਗੇ ਨੂੰ ਪੈਣੀ ਹੈ ਠੀਕ ਹੈ ਜੇ ਮੈਂ ਕੋਈ ਸੱਚਾ ਭਗਤ ਹਾਂ ਤੇਰਾ ਜਾਂ ਜਿਹੜੇ ਵੀ ਅਸੀਂ ਆਉਂਦੇ ਹਾਂ ਤਾਂ ਹੁਣ ਸਾਨੂੰ ਤੂੰ ਧਰਮਪੁਰ ਹੀ ਦਰਸ਼ਨ ਦੇਗੀ ਠੀਕ ਹੈ ਜੀ ਉਹ ਕਹਿ ਕੇ ਉੱਥੋਂ ਮੁੜਿਆ ਆ ਠੀਕ ਹੈ ਮੁੜਿਆ ਤੇ ਕੁਝ 2-4 ਦਿਨ ਤੋਂ ਬਾਅਦ ਉਹਨੂੰ ਇੱਕ ਸੁਪਨਾ ਆਇਆ ਹਾਂਜੀ ਸੁਪਨੇ ਦੇ ਵਿੱਚ ਉਹਨੂੰ ਇਹ ਆਇਆ ਕਿ ਅੱਛਾ ਠੀਕ ਹੈ ਭਗਤਾ ਤੁਹਾਡੇ ਉੱਥੇ ਫਲਾਂ ਜਗ੍ਹਾ ਯਾਨੀ ਕਿ ਇਸ ਜਗ੍ਹਾ ਜਿਹੜਾ ਬੋਰਡ ਦਾ ਪੇੜ ਹੈ ਇੱਥੇ ਇੱਕ ਪਿੱਪਲ ਦਾ ਵੀ ਸੀਗਾ दो पिंडियां निकलणगियां उस वेले तुसीं जाणदे शुआ शाद दा भी टाइम हुंदा सीगा एक पिंडी जिहड़ी है उह तुसीं ਰਾਜਪੂਤ ਕਮਿਊਨਿਟੀ ਬ੍ਰਾਹਮਣ ਕਮਿਊਨਿਟੀ ਜਾਂ ਜਿਹੜੀਆਂ ਕੌਮ ਦੇ ਉੱਚ ਜਾਤੀਆਂ ਜਿਹਨੂੰ ਮੰਨਿਆ ਜਾਂਦਾ ਸੀਗਾ ਅੱਛਾ ਜੀ ਅੱਛਾ ਉਹਦੀ ਉਹ ਤੁਸੀਂ ਸਥਾਪਨਾ ਕਰ ਲਓ ਠੀਕ ਹੈ ਅਤੇ ਦੂਜੀ ਜਿਹੜੀ ਹੈ ਐਸਸੀ ਦੇ ਤਬਕੇ ਉਹਦੇ ਨਾਲ ਹੀ ਮੰਦਰ ਹੈ ਬਿਲਕੁਲ ਨਾਲ ਹੀ ਹੈ ਇਹ ਥੱਲੇ ਸੀਗਾ ਹਾਂਜੀ ਇਹ ਥੋੜ੍ਹਾ ਛੱਟ ਕੇ ਹੈ ਨਾਲ ਹੀ ਨਹੀਂ ਥੱਲੇ ਆਪਾਂ ਉੱਪਰੋਂ ਆਏ ਤੱਕ ਮੰਦਰ ਸੀਗਾ ਹਾਂਜੀ 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 ਉਹ ਹਾਂ ਲਿਖਿਆ ਹੋਇਆ ਸੀਗਾ ਜਿਹੜਾ ਆਪਾਂ ਦੇਖਿਆ ਓਕੇ ਠੀਕ ਆ ਉਹ ਫਿਰ ਉਹਦੇ ਤੇ ਵੀ ਲਿਖਿਆ ਵੀ ਕੋਟ ਕਾਂਗੜਾ ਹਾਂਜੀ 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 ਅੱਛਾ ਉਹ ਇੱਕ ਅਲੱਗ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਦੋ ਪਿੰਡੀਆਂ ਦਾ ਲੇਕਿਨ ਉਸ ਵੇਲੇ ਕਰਦਾ ਸੀਗਾ ਹੁਣ ਇਸ ਵੇਲੇ ਕੋਈ ਚੱਕਰ ਹੈ ਨਹੀਂ ਪਰ ਚਲੋ ਤੁਸੀਂ ਇਤਿਹਾਸ ਦੀ ਗੱਲ ਪੁੱਛਦੇ ਪਿਓ ਤੇ ਮੈਂ ਤੁਹਾਨੂੰ ਦੱਸਦਾ ਪਿਆ ਬਿਲਕੁਲ ਬਿਲਕੁਲ ਹਾਂਜੀ ਤੇ ਉਹ ਫਿਰ ਜੀ ਇਸ ਤਰ੍ਹਾਂ ਉਹਨੇ ਇੱਥੋਂ ਆ ਕੇ ਜੜ੍ਹਾਂ ਖੋਦੀਆਂ ਅਤੇ ਬਾਕੀ ਦੋ ਪਿੰਡੀਆਂ ਨਿਕਲੀਆਂ ਇੱਕ ਪਿੰਡੀ ਇੱਥੇ ਸਥਾਪਿਤ ਕਰਤੀ ਇੱਕ ਪਿੰਡੀ ਉੱਥੇ ਸਥਾਪਿਤ ਕਰਤੀ ਬਸ ਫਿਰ ਉਦੋਂ ਤੋਂ ਜੀ ਹਿਮਾਚਲ ਇਥੋਂ 13 ਕਿਲੋਮੀਟਰ ਅੱਛਾ 13 ਹੈਗਾ ਇੱਥੇ ਬਾਰਡਰ ਮੈਨੂੰ ਲੱਗਦਾ ਸੀ ਵੀ 4-5 ਕਿਲੋਮੀਟਰ ਨਹੀਂ ਨਹੀਂ 5-6 ਕਿਲੋਮੀਟਰ ਥੱਲੇ ਜੀਟੀ ਰੋਡ ਹੈ
ਅੱਛਾ ਜੀ ਕਿਹੜੀ ਰੋਡ ਹੈ ਜੀਟੀ ਰੋਡ ਹੈ ਤੈਨੂੰ ਜੀਟੀ ਰੋਡ ਉਹ ਹੈਗੀ ਹੈ ਜੀ ਉਨਾ ਰੋਡ ਮੁਕੇਰੀਆਂ ਟੂ ਉਨਾ ਠੀਕ 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 ਓਕੇ ਸਮਝ ਆਇਆ ਤਲਵਾੜਾ चलो पता लग गया चलो नहीं चलो बहुत चंगा लगा नवरात्रियां बहुत रश हुंदा इत्थे अच्छा जी हुण 22 मार्च नूं पहला नवरात्रा हैगा अच्छा जी हां जी हां जी पता लग गया काफी रश हुंदा बाकी उदा भी हुंदा ही है हां जी हां जी बाकी असीं हुण जो भी चढ़ावा आंदा उहदे नाल डिवेलपमेंट लंगर हां बिल्कुल जी जिहड़े बजाती रात रहना होवे सराय साडे कोल हां गद्दे अच्छा जी 400-500 गद्दा पब्लिक दा दित्ता होया नहीं वो तो है कंबल हां जो भी है ते हुण काफी सुविधा है बंदा आवे आराम नाल जिनी रात रहना वो रात रहे बहुत सोहना जी बहुत सोहना अच्छा इंफ्रास्ट्रक्चर बना लिया जिदा भी आ बेच जिदा कुछ दुकानां तला सी पहले कच्चे पत्थर सिगे लगे हो हां जी हां जी आ देखो फिर नु टाइल हूं पानी दी समस्या जी साडे पानी मिलदा नहीं चलो असि नु डेकोरेट ही करता भी देखण नु तो चंगा लग्या हुण पानी दा औखा इत्थे पानी दा बड़ा औखा जी साडा थल्ले बाजार च खूह है ओदे नाल काम चलदा धर्मपुर एक कस्बा पैंदा के पिंड आ ए पिंड आ जी ते पिंड किड्डा क वड्डा आ पिंड दे च 1100-1150 वोट है जी हैगी इन्नी वोट है ना जी जी ते इत्थे एक पानी की समस्या दसी मैं उस समस्या की इस करके गल कर रहा क्योंकि सानू आपां आए हैं तो थोड़ा दूर पै रहा है रास्ते छोटे आ विच टुटा भी है हाँ जी हाँ जी ते तुहानू जिदा कोई समस्यावां दे विच पानी दी हो गई समस्या होर कोई समस्या इत्थे कोई आउंदी जिहड़ी मैं अपने चलो चैनल नाल एड्रेस कर दवां कोई देखेगा सरकारां तक पहुंचेगी हां बिल्कुल साडे रोड दी समस्या हैगी है जी अच्छा जी रोड है सिंगल रोड है वो भी जेड़ी आपा आए हैं हुन पिछो इधरों कमाई देवी वल्लों आए हैं कमाई देवी वल्लों आए हैं उधर रस्ते से पिछली बरसात तो भी पहले दा एक डंगा डिग गया होया जे के जो डिग गया हां जी हां जी ते रोड बंद हो जानी हां एक इथे जो अमरोह तू धर्मपुर आंदा हां जी जेड़ा जीही रोड नाल मिलदा हां जी हां जी उथे भी इक डिगण नु तैयार है असि प्रोज बथेरी कीती है ध्यान नहीं दे रिया कोई ध्यान नहीं दे रिया जी हां गल आ ए ते फिर साडे अगे बसा प्राइवेट चलदे गवर्नमेंट बसा दे भी रूट ना हां जी ਉਹ ਕੋਈ ਨਹੀਂ ਜੀ ਚੱਲਦੀ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਆਉਣਾ ਜਾਣਾ ਔਖਾ ਹੈ ਆਉਣਾ ਜਾਣਾ ਔਖਾ ਪਹਿਲੇ ਚੱਲਦੀਆਂ ਸੀਗੀਆਂ ਹੁਣ ਨਹੀਂ ਚੱਲਦੀਆਂ ਜੀ ਉਹ ਵੀ ਅਸੀਂ ਅਪਰੋਚ ਕੀਤਾ ਸੁਵਿਧਾਵਾਂ ਡਾਕਟਰੀ ਸੁਵਿਧਾਵਾਂ ਮੈਡੀਕਲ ਸਟੋਰ ਵਗੈਰਾ ਮੈਡੀਕਲ ਸਟੋਰ ਮੈਡੀਕਲ ਸਟੋਰ ਕੋਈ ਨਹੀਂ ਹੈ ਬਾਕੀ ਇੱਕ ਆਯੁਰਵੈਦਿਕ ਡਿਸਪੈਂਸਰੀ ਹੈ ਨਹੀਂ ਉਹ ਨਹੀਂ ਆਯੁਰਵੈਦਿਕ ਜਿਹੜੀ ਹੁੰਦੀ ਉਹ ਮੌਕੇ ਤੇ ਕੰਮ ਨਹੀਂ ਆਉਂਦੀ ਮੌਕੇ ਤੇ ਮੀਨਸ ਕਿ ਜਦੋਂ ਬੰਦਾ ਫਸਿਆ ਹੋਵੇ ਨਾ ਨਹੀਂ ਕੋਈ ਆਯੁਰਵੈਦਿਕ ਹੌਲੀ ਹੌਲੀ ਕਈ ਕੰਮ ਕਰਦੀਆਂ ਆ ਇਹ ਨਹੀਂ ਹੈਗਾ ਕਿ ਕੋਈ ਹਸਪੀਟਲ ਪ੍ਰੋਬਲਮ ਹੁੰਦੀ ਉਹਦੇ ਚੇਤਾ ਨਹੀਂ ਪਰ ਕਿਸੇ ਨੂੰ ਇੱਕਦਮ ਇਮੀਡੀਏਟ ਕੱਟ ਲੱਗ ਗਿਆ ਜੀ ਜਾਂ ਉਹਦੇ ਦਰਦ ਬਹੁਤ ਹੁੰਦੀ ਆ ਆਯੁਰਵੈਦਿਕ ਥੋੜੀ ਸੈੱਟ ਕਰਦੀ ਉਹ ਹਲੇ ਨਹੀਂ ਕਰਦੀ ਉਹ ਤਾਂ ਦੂਜਾ ਹੀ ਫੇਰ ਕਿੱਥੇ ਜਾਂਦੇ ਆ ਤੁਸੀਂ ਇੱਥੋਂ ਫੇਰ ਅਸੀਂ ਉਹ ਤਲਵਾੜੇ ਅਪਰੋਚ ਕਰਨੀ ਪੈਂਦੀ ਜੋ ਕਿ 15 ਕਿਲੋਮੀਟਰ ਹਾਂਜੀ ਇਹ ਵੀ 15 ਕਿਲੋਮੀਟਰ ਜਾਣਾ ਛੋਟਾ ਰਸਤਾ ਹੋਣਾ ਮੈਨੂੰ ਪਤਾ ਨਹੀਂ ਮੈਂ ਤਾਂ ਰਸਤੇ ਥਾਣੀ ਨਹੀਂ ਗਿਆ 6 ਕਿਲੋਮੀਟਰ ਤੇ ਸਿੰਗਲ ਰੋਡ ਹੈ ਹਾਂ ਉਹੀ ਨਾ ਤੇ ਅੱਗੇ ਚ 9 ਕਿਲੋਮੀਟਰ ਜਿਹੜਾ ਉਹ ਜੀਟੀ ਰੋਡ ਹੈ ਉਹ ਠੀਕ ਹੈ ਠੀਕ ਹੈ ਠੀਕ ਹਾਂਜੀ ਹਾਂਜੀ ਜੋ ਵੀ ਮੇਰਾ ਚੈਨਲ ਦੇਖ ਰਿਹਾ ਹੋਗਾ ਅਗਰ ਇਹ ਚੀਜ਼ ਸਰਕਾਰਾਂ ਤੱਕ ਪਹੁੰਚਦੀ ਆ ਤੇ ਇਹਨਾਂ ਪ੍ਰੋਬਲਮਸ ਨੂੰ ਜ਼ਰੂਰ ਐਡਰੈਸ ਕੀਤਾ ਜਾਵੇ ਕਿਉਂਕਿ ਮੈਂ ਵੀ ਦੇਖਦਾ ਆਂ ਪਿੱਛੇ ਰਸਤਾ ਟੁੱਟਾ ਸੀਗਾ ਟੁੱਟਣ ਵਾਲੇ ਹਾਂਜੀ ਇੱਕ ਟਾਵਰ ਨਹੀਂ ਲੱਗਿਆ ਸਾਡੇ ਪਿੰਡ ਤੇ ਜਿੱਦਾਂ ਇੰਟਰਨੈਟ ਦੀ ਪ੍ਰੋਬਲਮ ਫੋਨ ਦੀ ਪ੍ਰੋਬਲਮ ਕਮਿਊਨੀਕੇਸ਼ਨ ਇੱਕ ਦੂਜੇ ਪਾਸੇ ਕਮਿਊਨੀਕੇਸ਼ਨ ਕਰਨੀ ਔਖੀ ਹੋ ਜਾਂਦੀ ਹੈ ਅੱਜ ਕੱਲ੍ਹ ਨੇ ਤਾਂ ਡਿਜੀਟਲ ਹਾਂਜੀ ਮਾਨਾ ਆ ਗਿਆ ਬਿਲਕੁਲ ਜਿਹੜੇ ਸਾਡੇ ਪਬਲਿਕ ਆਉਂਦੀ ਹੈ ਹਾਂਜੀ ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਇੱਥੇ ਆ ਕੇ ਹੁੰਦੀ ਇੱਥੇ ਰਹਿਣ ਵਾਲੇ ਬੱਚੇ ਜਿਹੜੇ ਆ ਜਿਹੜੇ ਪੜ੍ਹਦੇ ਆ ਜਿਹਨਾਂ ਨੂੰ ਜੁੜੇ ਰਹਿਣਾ ਪੈਂਦਾ ਆ ਹੁਣ ਪਿੱਛੇ ਜੇ ਜੋ ਸਕੂਲ ਚੱਲੇ ਸੀਗੇ ਆਨਲਾਈਨ ਉਹ 'ਚ ਪ੍ਰੋਬਲਮ ਆਈ ਹੋਣੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਸਾਡੇ ਤੁਸੀਂ ਮੌਕੇ 'ਤੇ ਦੇਖਦੇ ਆ ਤੁਸੀਂ ਕਹਿ ਰਹੇ ਦੇਖੋ ਬੱਚੇ ਕਿੱਥੇ ਜਾਂਦੇ ਕਿਤੇ ਸਿਗਨਲ ਆਉਂਦਾ ਤਾਂ ਉੱਥੇ ਬਹਿ ਜਾਂਦੇ ਉੱਥੇ ਬਹਿ ਜਾਂਦੇ ਉੱਥੇ ਸਾਡੇ ਤਾਂ ਦੂਜੇ ਕੀੜੇ ਮਕੌੜੇ ਬਹੁਤ ਐਸੇ ਜ਼ਹਿਰੀਲੇ ਹੁੰਦੇ ਨੇ ਕਿਸੇ ਕੋਈ ਕਿਸੇ ਨੂੰ ਲੜ ਗਿਆ ਤਾਂ ਬਸ ਦੇਖੋ ਚੈਲੰਜ ਬਹੁਤ ਆ ਬਹੁਤ ਚੈਲੰਜ ਆਈ ਸਾਡੇ ਏਰੀਏ 'ਚ ਹਾਂ ਇੱਕ ਟਾਵਰ ਸੈਂਕਸ਼ਨ ਹੈ BSNL ਕਈ ਜ਼ਮਾਨੇ ਸੁਣਦੇ ਆ ਰਹੇ ਆ ਲੱਗਦਾ ਹੈ ਨਹੀਂ ਜੀ ਚਲੋ ਇਹ ਚੀਜ਼ ਨੂੰ ਇਕੱਠੇ ਹੋ ਕੇ ਆਪਾਂ ਤਾਂ ਕਹਿੰਦੇ ਆ ਵੀ ਅੱਗੇ ਵਧੋ ਮਤਲਬ ਕਿ ਅੱਗੇ ਮਤਲਬ ਉਠਾਓ ਇਸ ਚੀਜ਼ ਨੂੰ ਤੇ ਮੈਂ ਵੀ ਆਪਣੇ ਤੌਰ ਤੇ ਆਪਣੀ ਮੰਤਰੀ ਕਮੇਟੀ ਦੇ ਐਡਰੈਸ ਕਰਾਂਗਾ ਕਾਫੀ ਐਡਰੈਸ ਕੀਤਾ ਕਾਫੀ ਅਪਰੋਚ ਕੀਤੀ ਹੈ ਠੀਕ ਹੈ ਜੀ ਫਿਰ ਸੁਣਦਾ ਹੀ ਨਹੀਂ ਕੋਈ ਵੀ ਜੀ ਕੀ ਕਰੀਏ ਥੱਕ ਹਾਰ ਵੀ ਜਾਂਦਾ ਨਾ ਬੰਦਾ ਵਾਰ ਵਾਰ ਕਹਿ ਕੇ ਹੈ ਨਾ ਪਬਲਿਕ ਆਉਂਦੀ ਹੈ ਸਾਨੂੰ ਕਹਿੰਦੀ ਹੈ ਅੱਛਾ ਜੀ ਅਸੀਂ ਕਰਦੇ ਹਾਂ ਕੁਛ ਅਸੀਂ ਤੁਸੀਂ ਕਰੋ ਪਰ ਹੁੰਦਾ ਐਕਚੁਅਲੀ ਕੁਛ ਨਹੀਂ ਹੁੰਦਾ ਨਹੀਂ ਕੁਛ ਵੀ ਕੰਪਲਿਕੇਟਡ ਸਿਸਟਮ ਬੜਾ ਕੰਪਲਿਕੇਟਡ ਆ ਜੀ 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 ਚਲੋ ਠੀਕ ਆ ਜੀ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਜੀ ਥੈਂਕ ਯੂ ਤੇ ਅੱਛਾ ਇਹ ਜਿਹੜਾ ਕੈਲੰਡਰ ਤੁਸੀਂ ਛਪਵਾਏ ਇਸ ਸਾਲ ਦੇ ਆ ਹੈ ਨਾ ਜੀ ਜੀ
ਤੇ ਇਹਦੇ ਵਿੱਚ ਸਾਰਾ ਵੇਰਵਾ ਦਿੱਤਾ ਹੋਇਆ ਤੁਸੀਂ? ਬਿਲਕੁਲ ਦਿੱਤਾ ਹੋਇਆ ਜੀ। ਅੱਛਾ ਜੀ, ਜਿੱਦਾਂ ਕਿੱਦਾਂ ਕੀ ਕੀ ਵੇਰਵਾ ਦਿੱਤਾ ਹੋਇਆ ਜੀ ਇਹਦੇ ਵਿੱਚ? ਵੇਰਵਾ ਇੱਦਾਂ ਦਿੱਤਾ ਹੋਇਆ ਜੀ ਕਿ ਮਕਰ ਸੰਕ੍ਰਾਂਤ ਸੰਕ੍ਰਾਂਤਾਂ ਕਿਸ ਕਿਸ ਦਿਨ ਹੈਗੀਆਂ? ਅੱਛਾ ਜੀ। ਪੂਰਨਮਾ ਕਿਸ ਦਿਨ ਹੈਗੀ ਹੈ? ਅੱਛਾ ਜੀ। ਇਕਾਦਸ਼ੀ ਕਿਸ ਦਿਨ ਹੈਗੀ ਹੈ? ਠੀਕ ਹੈ ਜੀ। ਸਾਡੇ ਨਵਰਾਤਰਿਆਂ ਦੇ ਮੇਲੇ ਲੱਗਦੇ ਨੇ, ਹਾਂਜੀ, ਉਹ ਕਦੋਂ ਹੈਗੇ ਨੇ? ਅੱਛਾ ਜੀ। ਫਿਰ ਭੰਡਾਰੇ ਸਾਡੇ ਹੁੰਦੇ ਨੇ, ਠੀਕ ਹੈ ਜੀ, ਉਹ ਕਦੋਂ ਨੇ? ਓਕੇ। ਫਿਰ ਜੇ ਪਬਲਿਕ ਨੇ ਸਾਡੇ ਨਾਲ ਕੋਈ ਕੰਟੈਕਟ ਕਰਨਾ ਤਾਂ ਕੰਟੈਕਟ ਨੰਬਰ ਵੀ ਦਿੱਤਾ। ਹਾਂਜੀ ਭਾਅ ਜੀ, ਥੱਲੇ ਦਿਖਾਓ ਜੀ ਇੱਧਰ ਆ ਕੰਟੈਕਟ ਨੰਬਰ ਦੱਸਿਆ ਕਿ ਅਗਰ ਕਿਸੇ ਨੂੰ ਇੱਥੇ ਆਉਣ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਕਿਸੇ ਨੇ ਰਾਤ ਇੱਥੇ ਰੁਕਣਾ ਹੈ, ਸਰਾਂ ਬਣੀਆਂ ਆ ਇੱਥੇ, ਬਿਲਕੁਲ ਬਣੀਆਂ, ਰੈਸ਼ ਬਣੀਆਂ, ਤੇ ਕੋਈ ਪ੍ਰੋਬਲਮ ਨਹੀਂ, ਨੰਬਰਾਂ ਤੇ ਕੰਟੈਕਟ ਕਰ ਲਓ ਜੀ, ਕੰਟੈਕਟ ਕਰ ਲਓ ਜ਼ਰੂਰ, ਤਾਂ ਕਿ ਰਾਤ ਦਾ ਲੰਗਰ ਵੀ ਅਸੀਂ ਬਣਾਵਾਂਗੇ ਤਾਂ ਉਹਨਾਂ ਪਬਲਿਕ ਆਏਗੀ, ਸਾਨੂੰ ਪਤਾ ਹੋਏਗਾ ਬਣਾ ਕੇ ਦਿਨ ਨੂੰ ਤਾਂ ਬਣਦੇ ਹੀ ਲੱਗਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਨਹੀਂ ਚਲੋ, ਇਹ ਤੁਸੀਂ ਚੰਗੀ ਇਨਫੋਰਮੇਸ਼ਨ ਦੱਸੀ ਆ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਇਹ ਨੰਬਰ ਮੈਂ ਵੈਸੇ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਿਆਂਗਾ, ਜੋ ਆਪਣੀ ਵੀਡੀਓ ਪਾਵਾਂਗਾ ਉਹਦੇ ਥੱਲੇ ਡਿਸਕ੍ਰਿਪਸ਼ਨ ਹੁੰਦੀ ਆ, ਇਸ ਪਵਿੱਤਰ ਮੰਦਰ ਦੀ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਦੇ ਵਿੱਚ ਸਾਰੇ ਫੋਨ ਨੰਬਰ ਕੰਟੈਕਟ ਨੰਬਰ ਦੱਸ ਦਿੱਤੇ ਜਾਣਗੇ। ਤੁਹਾਡਾ ਨੰਬਰ ਵੀ ਹੈਗਾ ਇਹਦੇ ਵਿੱਚ ਜੀ, ਕਿ ਤੁਸੀਂ ਅਲੱਗ ਤੋਂ ਦੱਸੋ? ਮੇਰਾ ਇਹ ਹੈਗਾ ਜੀ, ਲਿਖਿਆ ਉਪ ਪ੍ਰਧਾਨ। ਉਪ ਪ੍ਰਧਾਨ, ਠੀਕ ਹੈ ਜੀ, 9877-9994। ਠੀਕ ਹੈ ਜੀ, ਠੀਕ ਹੈ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਇਨਫੋਰਮੇਸ਼ਨ ਦੇਣ ਲਈ। ਧਰਮਪੁਰ ਦੇਵੀ ਮਾਤਾ ਦੇ ਮੰਦਰ ਤੋਂ ਅਸੀਂ ਵਾਪਸ ਆ ਰਹੇ ਹਾਂ, ਅਤੇ ਇਸ ਸਾਈਡ ਵੱਲ ਧਰਮਪੁਰ ਦੇਵੀ ਮਾਤਾ ਜੀ ਦਾ ਮੰਦਰ ਆ, ਅਤੇ ਇੱਥੋਂ ਲਗਭਗ 6 ਕਿਲੋਮੀਟਰ ਦੀ ਦੂਰੀ 'ਤੇ ਆ, ਅਤੇ ਆਹ ਦੇਖੋ ਸਾਰਾ ਆਸ ਪਾਸ ਦਾ ਇੱਥੋਂ ਇਲਾਕਾ ਦਿਖ ਰਿਹਾ। ਇੱਧਰ ਨੂੰ ਫਿਰ ਜਾ ਕੇ ਤੁਹਾਡੇ ਜੋ ਵੀ ਅੱਗੇ ਪਹਾੜ ਪੈਂਦੇ ਆ ਉਹ ਹਿਮਾਚਲ ਦੇ ਪਹਾੜ ਆ, ਅਤੇ ਆਹ ਸਾਰਾ ਇਲਾਕਾ ਜਿਹੜਾ ਪੰਜਾਬ ਦਾ ਇੱਧਰ ਆ ਦੇਖੋ, ਕਾਫੀ ਡਾਊਨ ਹੋਈ ਜਾਂਦਾ ਰਸਤਾ, ਥੋੜ੍ਹਾ ਜਿਹਾ ਫੌਗੀ ਜਿਹਾ ਆ, ਅੱਜ ਧੁੰਦ ਜਿਹੀ ਆ ਅਤੇ ਬਹੁਤਾ ਕਲੀਅਰ ਨਹੀਂ ਦਿਖ ਰਿਹਾ। ਦੇਖੋ ਆਹ ਦੇਖੋ, ਕਾਫੀ ਸਾਰੇ ਪਿੰਡ ਦਿਖ ਰਹੇ ਤੁਹਾਨੂੰ, ਵਿੱਚ ਟਾਵੇਂ ਟਾਵੇਂ ਘਰ ਵੀ ਦਿਖ ਰਹੇ ਆ, ਅਤੇ ਬਹੁਤ ਵਧੀਆ ਦੇਖੋ, ਕਾਫੀ ਹਾਈਟ 'ਤੇ ਇਹ ਹੈਗਾ ਆ ਟਾਵਰ, ਅਤੇ ਬਹੁਤ ਧਿਆਨ ਨਾਲ ਚੜ੍ਹੋ ਇਸ ਟਾਵਰ 'ਤੇ। ਆਹ ਦੇਖੋ ਰੋਡ ਜਾਂਦੀ ਆ ਸਾਹਮਣੇ ਦੇਖੋ, ਅਤੇ ਬਹੁਤ ਹੀ ਮਤਲਬ ਇੱਕ ਵਧੀਆ ਦ੍ਰਿਸ਼ ਪ੍ਰਦਾਨ ਕਰਦਾ ਆ ਇਹ ਟਾਵਰ ਆਲੇ ਦੁਆਲੇ ਦਾ। ਹਜੇ ਜਦੋਂ ਬਰਸਾਤਾਂ ਦੇ ਵਿੱਚ ਇੱਥੇ ਹਰਿਆਵਲ ਹੋਏਗੀ ਤਾਂ ਤੁਹਾਨੂੰ ਬਹੁਤ ਹੀ ਸੁੰਦਰ ਲੱਗੇਗੀ ਇਹ ਜਗ੍ਹਾ ਆਲੇ ਦੁਆਲੇ, ਬਹੁਤ ਕਲੈਰਿਟੀ ਹੋਵੇਗੀ ਆਲੇ ਦੁਆਲੇ, ਬਹੁਤ ਹੀ ਹਰਿਆਵਲ ਹੀ ਹਰਿਆਵਲ ਹੋਏਗੀ। ਜਿਵੇਂ ਕਿ ਮੈਂ ਤੁਹਾਨੂੰ ਧਰਮਪੁਰ ਦੇਵੀ ਮਾਤਾ ਦੇ ਮੰਦਰ ਤੋਂ ਜਾਣੂ ਕਰਵਾਇਆ, ਮੈਨੂੰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਵਲੌਗ। ਜੋ ਵੀ ਇਹ ਇਲਾਕਾ ਆ ਦਸੂਆ ਫੋਰੈਸਟ ਡਿਵੀਜ਼ਨ ਦਾ, ਇੱਥੇ ਮੈਂ ਬਹੁਤ ਸਾਰੀਆਂ ਜਗ੍ਹਾ ਐਕਸਪਲੋਰ ਕੀਤੀਆਂ ਅਤੇ ਕਰ ਵੀ ਰਿਹਾ ਹਾਂ, ਅਤੇ ਮੈਨੂੰ ਇਹ ਦੱਸਿਓ ਕਿ ਤੁਹਾਨੂੰ ਇਹ ਜਗ੍ਹਾ ਕਿੱਦਾਂ ਦੀਆਂ ਲੱਗੀਆਂ, ਅਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਚਲੋ ਠੀਕ ਹੈ ਜੀ, ਆਪਾਂ ਹੁਣ ਨੈਕਸਟ ਵਲੌਗ ਵਿੱਚ ਮਿਲਾਂਗੇ। ਥੈਂਕ ਯੂ ਐਂਡ ਟੇਕ ਕੇਅਰ, ਬਾਏ ਬਾਏ।